ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਬੈਕ ਟੂ ਇੱਕ ਹੋਰ ਵਧੀਆ ਜਿਹਾ ਵਲੋਗ ਤੁਹਾਡਾ ਆਪਣਾ ਚੈਨਲ ਮਿਸਟਰ ਐਂਡ ਮਿਸਿਜ਼ ਰੀਅਲ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਵਧੀਆ ਆ ਅਤੇ ਅਰਨਾਸ ਕੋਲ ਨਹਾ ਧੋ ਕੇ ਨਿਊ ਫਰੋਕ ਕੀ ਪਾ ਕੇ ਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੋਲੋ ਨਹੀਂ ਜੀ ਆਹ ਦੇਖੋ ਤਾਂ ਇਸਦਾ ਬੁਰਾ ਦਾਜ ਪਾ ਕੇ ਬੈਠੀ ਆ ਖੇਡ ਰਹੀ ਆ ਨਿਊ ਫਰੋਕ ਇਹਦੀ ਬਾਹਰੋਂ ਆਈ ਸੀ ਸੋ ਅੱਜ ਪਹਿਲੀ ਵਾਰ ਇਹਨੂੰ ਪਾਈ ਆ ਅਤੇ ਮੰਮੀ ਪਾਪਾ ਇੱਥੇ ਵਾਟਰਮੈਲਨ ਖਾਂਦੇ ਹੋਏ ਅਤੇ ਹੁਣ ਆਲਮੋਸਟ ਥੋੜ੍ਹੇ ਬਹੁਤ ਸਾਰੇ ਕੰਮ ਹੋ ਗਿਆ ਅੱਜ ਆਪਾਂ ਨਹਾ ਧੋ ਕੇ ਵਲੋਗ ਦੀ ਸ਼ੁਰੂਆਤ ਕਰ ਰਹੇ ਹਾਂ ਆਹ ਵੀ ਰੈਡੀ ਹੋ ਗਏ ਆ ਇਹਨਾਂ ਨੂੰ ਅਸੀਂ ਕੰਮ 'ਚ ਉਦੋਂ ਭੇਜਣਾ ਪਹਿਲੇ ਆਪਾਂ 4-5 ਰੀਲਸ ਬਣਾਉਣੀਆਂ ਉਸ ਤੋਂ ਬਾਅਦ ਅੱਜ ਇਹਨਾਂ ਨੂੰ ਕੰਮ 'ਤੇ ਭੇਜਣਾ 12:30 ਹੋ ਚੁੱਕੇ ਨੇ ਅਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖਦਾ ਅੱਜ ਆਪਾਂ ਕੀ ਕਰਦਾ ਅੱਜ ਆਪਾਂ 2-4 ਛੋਟੇ ਛੋਟੇ ਕੰਮ ਕਰਨੇ ਆ ਅੱਜ ਆਪਾਂ ਆਪਣੀ ਅਰਨਾਸ ਕੌਰ ਨੂੰ ਖੁਸ਼ ਕਰਨਾ ਅਰਨਾਸ ਕੌਰ ਨੂੰ ਨਿਊ ਟੋਏ ਲੈ ਕੇ ਦੇਣਾ ਹੈ ਅਰਨਾਸ ਟੁੱਟੂ ਹੋ ਗਿਆ ਨਾ ਨਿਊ ਲੈਣਾ ਹੈ ਨਾ ਆ ਸਾਡੀ ਅਰਨਾਸ ਕੌਰ ਖੁਸ਼ ਹੋਏਗੀ ਕਿਉਂਕਿ ਨਾ ਜਿਹੜੀ ਅਰਨਾਸ ਦੀ ਐਪ ਚੇਅਰ ਲੈ ਕੇ ਆਏ ਸੀ ਨਾ ਆਪਾਂ ਹਾਂ ਇਹ ਚੇਅਰ ਜਦੋਂ ਦੀ ਲਿਆਇਆ ਥੋੜ੍ਹਾ ਟਾਈਮ ਹੀ ਬੈਠੀ ਇੱਦਾਂ ਦੀ ਇੱਦਾਂ ਸਾਫ਼ ਸੁਥਰੀ ਇੱਕਦਮ ਫਸਟ ਕਲਾਸ ਪਈ ਆ ਥੋੜ੍ਹਾ ਬਹੁਤ ਇਹਨੂੰ ਕੱਪੜਾ ਮਾਰਨਾ ਪੈਣਾ ਉਹ ਮੈਂ ਹੁਣੇ ਸਾਫ਼ ਕਰ ਦਾਂਗੀ ਤਾਂ ਆਪਾਂ ਸੋਚ ਰਹੇ ਇਹਨੂੰ ਵਾਪਿਸ ਕਰ ਦਈਏ ਕਿਉਂਕਿ ਤਾਂ ਇਹਨੇ ਜਗ੍ਹਾ ਮੱਲੀ ਹੋਈ ਆ ਹੈ ਨਾ ਇੱਕ ਸਾਈਡ 'ਤੇ ਹੀ ਰਹਿੰਦੀ ਆ ਅਰਨਾਸ ਬਹਿੰਦੀ ਹੈ ਨਹੀਂ ਸੋ ਪੈਸੇ ਵੇਸਟੇਜ ਮਨੀ ਵੇਸਟੇਜ ਸੋ ਜਿੱਥੋਂ ਆਪਾਂ ਟੋਇਜ਼ ਲੈਂਦੇ ਹਾਂ ਉਹ ਭਾਅ ਜੀ ਜਾਣਦੇ ਆ ਉਹਨਾਂ ਨੂੰ ਫੋਨ ਕੀਤਾ ਸੀਗਾ ਉਹ ਕਹਿੰਦੇ ਕੋਈ ਨਹੀਂ ਲੈ ਆਓ ਆਪਾਂ ਚੇਂਜ ਕਰ ਦਿੰਦੇ ਹਾਂ ਇਹਦੇ ਲਈ ਕੋਈ ਨਿਊ ਰਾਈਡ ਵਗੈਰਾ ਅੱਜ ਆਪਾਂ ਸੋਚ ਰਹੇ ਹਾਂ ਕਿ ਲੈ ਆਈਏ ਸੋ ਬਾਕੀ ਦੇਖਦੇ ਹਾਂ ਕੀ ਬਣਦਾ ਕਿਹਨੂੰ ਖਵਾਉਣ ਆਏ ਹੋ ਦਿਨ ਚ ਇੱਕ ਵਾਰੀ ਦੇਣੇ ਆ ਮੈਂ ਤਾਂ ਥੋੜਾ ਦਿੱਤਾ ਜਿਆਦਾ ਦਿੰਦੇ ਨੀ ਹੁਣ ਨੀ ਦੇਣਾ ਇੱਕ ਵਾਰੀ ਦੇ ਦਿੰਦੇ ਆ ਇਸ ਟਾਈਮ ਤਰਬੂਜ ਹਾਂਜੀ ਫਿਰ ਆਪਾਂ ਵਾਪਿਸ ਆ ਗਏ ਆ ਵਲੌਗ ਸ਼ੂਟ ਕਰਨ 4 ਘੰਟੇ ਤੁਸੀਂ ਗਾਇਬ ਸੀ ਸਵੇਰੇ 12:15 ਦੀ ਹੋਈ ਜਦੋਂ ਵਲੌਗ ਸਟਾਰਟ ਕੀਤਾ ਸੀਗਾ ਬਸ ਉਦੋਂ ਦੀ ਕਲਿੱਪ ਲਿੱਤੀ ਹੋਈ ਆ ਹੁਣ ਟਾਈਮ ਦੇਖ ਸਕਦੇ ਹੋ ਤੁਸੀਂ ਕੀ ਹੋ ਗਿਆ ਅਤੇ ਉਸ ਤੋਂ ਬਾਅਦ ਕੋਈ ਵਲੌਗ ਨਹੀਂ ਸ਼ੂਟ ਹੋਇਆ ਇੱਦਾਂ ਹੀ ਕੀਤਾ ਹੀ ਨਹੀਂ ਫਿਰ ਅਰਨਾਸ ਕੌਰ ਸੌ ਗਈ ਸੀ ਥੋੜ੍ਹੀ ਦੇਰ ਮੰਮੀ ਵੀ ਸੌ ਗਈ ਮੈਂ ਵੀ ਲੇਟ ਗਈ ਫਿਰ ਹੁਣ ਉੱਠ ਕੇ ਮੰਮੀ ਔਰ ਮੈਂ ਕੱਪੜੇ ਕੁਪੜੇ ਸਾਂਭਿਆ ਬਸ ਹੁਣ ਮੈਂ ਕਿਹਾ ਹੁਣ ਤਾਂ ਵਲੌਗ ਸ਼ੂਟ ਕਰ ਲਈਏ ਥੋੜ੍ਹੀ ਜਿਹੀ ਸ਼ਰਮ ਖਾ ਲਈਏ ਸਵੇਰ ਦੀ ਸ਼ਰਮ ਨਹੀਂ ਖਾਈ ਸੀ ਹੁਣ ਮੈਨੂੰ ਸ਼ਰਮ ਆ ਗਈ ਮੈਂ ਖਾ ਲਈ ਫਿਰ ਮੈਂ ਕਿਹਾ ਚਲੋ ਵਲੌਗ ਸ਼ੂਟ ਕਰ ਲੈਂਦੇ ਹਾਂ ਅਤੇ ਆਹ ਰਹੀ ਚੇਅਰ ਨੂੰ ਕਲੀਨ ਕਰਨਾ ਆ ਥੋੜ੍ਹਾ ਜਿਹਾ ਹੈ ਨਾ ਤਾਂ ਹੁਣੇ ਕਰਦੀ ਹਾਂ ਬਾਹਰ ਬਹਿ ਕੇ ਅਤੇ ਫਿਰ ਉੱਪਰ ਜਾਣਾ ਪੈਣਾ ਆ ਇਹਦਾ ਡੱਬਾ ਲੈ ਕੇ ਆਉਣਾ ਪੈਣਾ ਸੋ ਜਦੋਂ ਹੁਣ ਅਸੀਂ ਪੌਦਿਆਂ ਨੂੰ ਪਾਣੀ ਪਾਉਣ ਜਾਵਾਂਗੇ ਫਿਰ ਇਹਦਾ ਬੋਕਸ ਲੈ ਕੇ ਆਉਂਦੇ ਹਾਂ ਉਹਨੂੰ ਸਾਫ਼ ਕਰਾਂਗੇ ਕਿਉਂਕਿ ਉਹ ਉੱਪਰ ਸਟੋਰ ਰੂਮ 'ਚ ਬਹੁਤ ਮਿੱਟੀ ਨਾਲ ਭਰਿਆ ਹੋਣਾ ਫਿਰ ਜੇ ਜੀਤ ਛੇਤੀ ਆ ਗਏ ਤਾਂ ਚੱਲ ਜਾਂਗੇ ਨਹੀਂ ਤਾਂ ਫਿਰ ਕੱਲ੍ਹ ਸੀ ਅਤੇ ਇਸ ਤੋਂ ਇਲਾਵਾ ਅਸੀਂ ਜਾਣਾ ਆ ਅੱਜ ਡੀਮਾਰਟ ਅੱਜ ਆਪਾਂ ਥੋੜ੍ਹੀ ਗਰੋਸਰੀ ਸ਼ੋਪਿੰਗ ਕਰਨ ਜਾਣਾ ਸਾਡਾ ਛੋਟਾ ਸਮਾਨ ਖਤਮ ਹੈ ਬਸ ਉਹੀ 2-4 ਚੀਜ਼ਾਂ ਮੁੱਕੀਆਂ ਉਹੀ ਲੈ ਕੇ ਆਉਣੀਆਂ ਇਸ ਤੋਂ ਇਲਾਵਾ ਅਸੀਂ ਕੁਛ ਨਹੀਂ ਲੈ ਕੇ ਆਉਣਾ ਨੋ ਫਾਲਤੂ ਖਰਚਾ ਚੀਜ਼ ਲੈਣੀ ਤੁਸੀਂ ਇਹਨੇ ਚੋਕਲੇਟਸ ਲੈਣੀ ਆ ਬਈ ਇਹਨੂੰ ਚੋਕਲੇਟਸ ਲੈ ਕੇ ਦੇਣੀ ਕੀ ਲੈਣੀ ਕੀ ਕਹਿ ਰਹੀ ਮੰਮੀ ਸੁਣਨਾ ਕੀ ਕਹਿ ਰਹੀ ਗੇਮ ਲੈਣੀ ਹੈ ਉੱਥੇ ਗੇਮ ਨਹੀਂ ਮਿਲਦੀ ਡੀ ਮਾਰਟ ਚੀਜ਼ ਮਿਲਦੀ ਆ ਹਾਂ ਹਾਂ ਇਹਨੂੰ ਹੁਣ ਮੀ ਮਾਰਟ ਦਾ ਪਤਾ ਚੱਲ ਗਿਆ ਕੁਛ ਵੀ ਸਮਾਨ ਲੈਣਾ ਹੁੰਦਾ ਨਾ ਕਹਿ ਦਿੰਦੀ ਹੈ ਚਲੋ ਮੀ ਮਾਰਟ ਉੱਥੋਂ ਲੈ ਕੇ ਆਵਾਂਗੇ ਮੀ ਮਾਰਟ ਚਲੋ ਕਹਿੰਦੀ ਬੋਲ ਲਿਆਉਣੀ ਆ ਲੋ ਜੀ ਦਾਦੀ ਪੋਤੀ ਪੌਦਿਆਂ ਨੂੰ ਪਾਣੀ ਪਾਉਂਦੇ ਹੋਏ ਮੰਮੀ ਦੇਖੋ ਕਿੰਨੀ ਤਿਆਰ ਸ਼ਿਆਰ ਹੋ ਕੇ ਆਈ ਕਹਿੰਦੀ ਰੀਲ ਬਣਾਉਂਗੀ ਰੀਲ ਅਤੇ ਚਾਬੀ ਲੈ ਲਈਏ ਸਟੋਰ ਦੀ ਅਤੇ ਕੁਰਸੀ ਦਾ ਡੱਬਾ ਕੱਢ ਲਈਏ ਵੈਸੇ ਮੈਂ ਕਿੰਨੀ ਵਾਰ ਬੋਲ ਚੁੱਕੀ ਨਾ ਕੁਰਸੀ ਸਾਫ਼ ਕਰਾਂਗੀ ਸਾਫ਼ ਕਰਾਂਗੀ ਹਜੇ ਤੱਕ ਮੈਂ ਸਾਫ਼ ਨਹੀਂ ਕੀਤੀ ਉਹ ਸਾਫ਼ ਉਦੋਂ ਹੀ ਹੋਏਗੀ ਜਦੋਂ ਅਸੀਂ ਨਿਕਲਣਾ ਚੇਂਜ ਕਰਾਉਣ ਪਰ ਪਹਿਲੇ ਤਾਂ ਥੱਲਾ ਲੱਭਣ ਦੀ ਜੱਦੋ ਜਹਿਦ ਕਰਨੀ ਆ ਉਹ ਡੱਬਾ ਸੋਰੀ ਬੁਰੀ ਹਾਲਤ ਹੋਈ ਆ ਪਤਾ ਨੀ ਆ ਲੋਕ ਆ ਕੇ ਨਾ ਆਪਣਾ ਸਮਾਨ ਰੱਖਦੇ ਆ ਥੱਲੇ ਆਪਣਾ ਵਰਕਸ਼ਾਪ ਦਾ ਤੇ ਪਤਾ ਨੀ ਕਿੱਥੇ ਕਿਵੇਂ ਰੱਖਿਆ ਸਾਰਾ ਤੁਸਿਆ ਇੱਕ ਦਿਨ ਮੰਮੀ ਕਹਿ ਰਹੀ ਸੀ ਮਜ਼ਦੂਰ ਬੁਲਾ ਕੇ ਮੰਮੀ ਇਹਨੂੰ ਵੀ ਸਾਫ਼ ਕਰਵਾਉਣਗੇ ਤਰੀਕੇ ਨਾਲ ਸਮਾਨ ਰੱਖਣਗੇ ਚੱਜ ਨਾਲ ਸਾਂਭ ਕੇ ਮੰਮੀ ਕੱਢਦੇ ਪਏ ਆ ਦੇਖ ਆਰਾਮ ਨਾਲ
ओ गई देखा ऊपर छिपकली, ओ गई हो गई पीछे। हाँ अरे डब्बा वे नी होंगे इन्ने की रेंदे निके निके जे इस तो ज्यादा वे नी होंगे है नहीं लीजर्ड हां लीजर्ड तभी कह रही अंदर नहीं जाना दादी ते हो भी आई बेटा इधर देखो एक्सरसाइज हो रही है एक्सरसाइज अरु ते हाई कॉपी कैट जो असि करते अरु वो करते क्योंकि बच्चे तो होंगे ही इधर है ना बहुत चलाक है कुड़ी साड़ी बड़ी चलाक ए देख मार ना देना किड्डी जोर जोर दी पिछे रू आ रहा पैर देखना इन्हों का लो जी अरनाज जी चेयर करन लगे पैक देखते हैं हम चेंज होंगी भी है कि नहीं अपने वालों एक ट्राई कर जा रहे हैं कि अगर हो जाए तो अरनाज रो रही है कि नहीं देनी चेयर बैठ दी है नहीं रख लो रहन दो फिर रहन दो रख लो फिर चल फिर नहीं नहीं रख खोल दो बैठा इतने बैठे नहीं फिर नहीं बैठा फिर दे दो न्यू ले लिए चुप हो पहले चलिए मीमार्ट चलो भाई मीमार्ट कैमरे लगे तो सौखा बंद अंदाजा रहा अरनाज कौर जी देखो कि टप रहे अनाज नहीं मी मार्ट है अनाज तेली की है मैं तो पाऊंगा मैं चल दबाला बस अनाज कितने आई है साढ़े ली डी मार्ट इधर ही मी मार्ट ओए बात कैसे अंकल जी बुआ खोलो क्या अंकल जी ओपन द डोर मैं भी अपने बापू दादा टोल टैक्स आंदा हुंदा सी ना रोना पंदे टोल टैक्स आ गया उस टाइम डैडी कॉल करदा सी किचन टूट गई सी पुरानी तो पुरानी हो भी गई नवी ले ली ठीक है चेक कर ला बाहर कढ़ के तू बैठ के बैठ अंदर बैठ जा मतलब असि कोई ज्यादा महंगे अरु पापा ते जीत रोटी उन्हां दी बना के रखती है ते अज जो तुसीं ट्रैक्टर पढ़िया अज तो मैं गड्डी सीखना स्टार्ट करती हूं क्योंकि बहुत ज्यादा जरूरी हो गई है कि एमरजेंसी कि शामी कि जाना पैदा जीत नू काम आ जाता लेट हो जाते हैं है ना फिर
आदत कित्थों पै गई है नवी सफेदियां उतारन दी। चल चल उतर थले, मम्मा कार चलानी सिखेगी। तू नहीं चला सकती, मैं तुझे बहुत छोटे हो। ऐ सफेदी उतारन लग गई है साढ़े कमरे की, उतार दी इतने बह के सफेदी उतार दी है। बैठोगी साथ में? क्यों साथ में बैठोगी? मैं नहीं, तुहाडा मुंडा भी बह रहा, कल्ली नहीं बह रही मैं। हजे तो मैं सीखनी है, हजे तो मैं सीखनी है, फिर जदों सीख के तुहानू बिठा के चलावांगी। फिर ਬੜੀ ਮੁਸ਼ਕਿਲ ਬੈਠੀ ਸੀ ਮੈਂ ਇਹਨਾਂ ਦੇ ਮਗਰ ਦੀ ਟੁੱਟੀ ਦੇ ਉਹਨੇ ਦਸ ਵਜੇ ਤੇ ਨਾ ਅਮਨ ਹਾਂ ਅਮਨ ਪਾਜੀ ਦੀ ਲੈਂਸਰ ਆਈ ਆ ਸੋ ਮੈਨੂੰ ਇੱਥੇ ਸਿਖਾਉਣਗੇ ਕਹਿੰਦੇ ਆਪਣੀ ਅਰਟਿਗਾ ਤੇ ਸਿਖਾਉਣਗੇ ਨਹੀਂ ਅੱਜ ਮੇਰਾ ਪਹਿਲਾ ਦਿਨ ਹੈ ਲੋ ਜੀ ਆਪਾਂ
ਮੰਮੀ ਕਹਿੰਦੀ ਧਿਆਨ ਨਾਲ ਚਲਾਈ ਮੇਰੀ ਕੁੜੀ ਬੈਠੀ ਹੈ ਪਿੱਛੇ ਸਾਡੀ ਨਹੀਂ ਟੈਨਸ਼ਨ ਮੈਂ ਕਿਹਾ ਮੈਂ ਨਹੀਂ ਚਲਾ ਰਹੀ ਅਜੇ ਜੀਤ ਹੀ ਚਲਾ ਰਿਹਾ ਜੇ ਮੈਨੂੰ ਦੱਸਣਗੇ ਹੈਨਾ ਹਲੇ ਹਲੇ ਤੇ ਮੈਂ ਦੱਸੂਗਾ ਚੀਜ਼ਾਂ ਦੱਸਣਗੇ ਫਿਰ ਬਾਕੀ ਅੱਜ ਤੋਂ ਮੈਂ ਹੁਣ ਤੁਸੀਂ ਮੈਨੂੰ ਰੋਜ਼ ਸਿਖਾਉਂਗੇ ਐ ਨਹੀਂ ਅੱਜ ਸਿਖਾਤੀ ਤੇ ਕੱਲ ਗਾਇਬ ਠੀਕ ਹੈ ਸਿਖਾਣੀ ਆ ਠੀਕ ਹੈ ਹੁਣ ਇੱਧਰ ਕਿੱਧਰ ਨੂੰ ਜਾਏਗੀ ਐਸੀ ਰੋਡ ਤੇ ਸਿੱਖਾਂਗੇ ਹਲੇ ਠੀਕ ਹੈ ਆਪਾਂ ਇੱਥੇ ਹੀ ਆਪਣੇ ਸਰਵਿਸ ਲਾਈਨ ਤੇ ਹੀ ਸਿੱਖਾਂਗੇ ਹਾਂ ਚਲੋ ਬੈਠੋ ਉੱਧਰ ਆ ਹਾਂ ਹੁਣ ਇੱਧਰ ਆ ਜੀ ਮੇਰੀ ਬਾਤ ਸੁਣ ਪਹਿਲੀ ਚੀਜ਼ ਪਹਿਲਾ ਕਲੱਚ ਠੀਕ ਹੈ ਸਾਰੇ ਸਬਸਕ੍ਰਾਈਬਰ ਵੀ ਸਿੱਖੋ ਲੈਫਟ ਹੈਂਡ ਲੈਫਟ ਹੈਂਡ ਲੱਗਣਾ ਕੱਲਾ ਕਲੱਚ ਹੀ ਚੱਲਣਾ ਨਾ ਬ੍ਰੇਕ ਚੱਲਣੀ ਨਾ ਕੁਝ ਤੇ ਇਹਦਾ ਕਲੱਚ ਹੀ ਚੱਲਣਾ ਠੀਕ ਹੈ ਕਲੱਚ ਕਲੱਚ ਦਬਾ ਕੇ ਗੇਅਰ ਪਾਣੀ ਜੇ ਤੈਨੂੰ ਪਤਾ ਅੱਗੇ ਜਾਮ ਆ ਰਿਹਾ ਕਲੱਚ ਦਬਾ ਲਿਆ ਲਾਗੇ ਜਾ ਕੇ ਤੇ ਬ੍ਰੇਕ ਹਲਕੀ ਦਬਾ ਲਈ ਕਲੱਚ ਦਬਾ ਕੇ ਫਿਰ ਬ੍ਰੇਕ ਦਬਾਣੀ ਹਾਂ ਜਦੋਂ ਜਾਮ ਆ ਰਿਹਾ ਉਵੇਂ ਅਗਰ ਚੱਲਦੀ ਗੱਡੀ ਹੈ ਤੇ ਤੂੰ ਆਰਾਮ ਨਾਲ ਬ੍ਰੇਕ ਹਲਕੀ ਦਬਾ ਕੇ ਵਾਪਸ ਰੇਸ ਕਰ ਸਕਦੀ ਹੈ ਇੱਕ ਪੈਰ ਨਾਲ ਹੀ ਕਲੱਚ ਬ੍ਰੇਕ ਔਰ ਰੇਸ ਹੈਂਡਲ ਕਰਨੀ ਹੈ ਠੀਕ ਹੈ ਠੀਕ ਦੂਜੀ ਗੱਲ ਹੈ ਗੇਅਰ ਆ ਗਏ ਇਹ ਪਹਿਲਾ ਆ ਗਿਆ ਇਹ ਦੂਜਾ ਆ ਗਿਆ ਇਹ ਤੀਜਾ ਆ ਗਿਆ ਚੌਥਾ ਤੇ ਇਹ ਪੰਜਵਾਂ ਪੰਜਵੇਂ ਤੱਕ ਤੇ ਤੂੰ ਇਤਨੀ ਜਲਦੀ ਥੋੜੀ ਆਤਾ ਮੇਰੇ ਕੋ ਪਹਿਲਾ ਪਹਿਲਾ ਸਿਖਾਓ ਚਲਾ ਪਹਿਲੇ ਇਧਰ ਯਾਰ ਮੰਮੀ ਨੂੰ ਵੀ ਬਿਠਾ ਲੈ ਕੋਈ ਨਹੀਂ ਲੋ ਜੀ ਫੇਰ ਜਸਮੀਤ ਕੌਰ ਜੀ ਆ ਗਈ ਹੈ ਡਰਾਈਵਿੰਗ ਸੀਟ ਤੇ ਤੇ ਹੁਣ ਆਪਾਂ ਥੋੜਾ ਜਿਹਾ ਪਹਿਲੇ ਸੀਟ ਅੱਗੇ ਕਰ ਆਪਣੇ ਹਿਸਾਬ ਨਾਲ ਸੀਟ ਕਿੱਦਾਂ ਅੱਗੇ ਹੋਏਗੀ ਉਹ ਥੱਲੋ ਥੱਲੋ ਦੀ ਸਾਈਡ ਤੇ ਬਟਨ ਆਉਂਦਾ ਇਹਦਾ ਹਾਂ ਚੱਲ 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 ਦੇ ਧੱਕਾ ਅੱਗੇ ਨੂੰ ਹੈਲੋ ਅੱਗੇ ਵੀ ਨਹੀਂ ਕਰਨਾ ਆਉਂਦਾ ਬਸ ਸੀਟ ਪਿਛਲੀ ਢੋਹ ਅੱਗੇ ਕਰਨੀ ਤੂੰ ਨਹੀਂ ਕੀ ਕਰਨਾ ਤੂੰ ਸਿੱਖਣ ਤੂੰ ਕੀ ਕਰਨਾ ਤੂੰ ਬੈਠ ਇੱਥੇ ਬੈ ਮੰਮਾ ਚਲਾਏਗੀ ਤੂੰ ਦੇਖ ਮੰਮਾ ਕਿੱਦਾਂ ਚਲਾਉਂਦੀ ਆ ਠੀਕ ਹੈ ਚੱਲ ਮੇਰੀ ਬਾਤ ਸੁਣ ਸੁਣ ਸਭ ਤੋਂ ਪਹਿਲਾਂ ਪੀਠ ਕੰਫਰਟੇਬਲ ਆ ਕੇ ਦਿਖ ਰਿਹਾ ਸਹੀ ऐसे चलाएगी फिर स्पीड को भी आगे कर ले पीछे से उठा ले नहीं ठीक होगा ठीक है क्लच दबा यार जीत मेनू डर लग रहा चला ना क्लच दबा क्लच किथे पहले हां लेफ्ट पैर से क्लच पूरा दबा दो हां पूरा दबाओ दब गया पूरा पैर लग रहा पूरा वहां तक हां इतना भी जोर नहीं दबाना होता हल्का यही दबाना हल्का हां पूरा मतलब ऐसे पैर पूरा ਥੱਲੇ ਚਲੇ ਜਾਏ हां चला गया पहला गियर पावा नहीं पिया क्लच क्लच दबा ਚੱਲ ਦਬਾ ਇਦਾਂ ਕਿਉਂ ਝਟਕੇ ਦਾ ਬੈਕ ਕਦੀ ਨਹੀਂ ਲੈਣਾ ਇੱਧਰ ਬ੍ਰੇਕ ਇੱਧਰ ਹੈਗਾ ਤੇਰਾ ਕਲੱਚ ਸੈਂਟਰ ਵਾਲੀ ਬ੍ਰੇਕ ਹੈ ਤੇ ਉਹ ਵਾਲੀ ਰੇਸ ਹੈ ਰੇਸ ਹਮੇਸ਼ਾ ਪੋਲੇ ਪੈਰ ਨਾਲ ਦੇਣੀ ਹੈ ਕਲੱਚ ਹਾਂ ਕਲੱਚ ਵੀ ਪੋਲੇ ਪੈਰ ਨਾਲ ਚੱਕਣਾ ਹੁੰਦਾ ਕਲੱਚ ਪੋਲੇ ਪੈਰ ਨਾਲ ਥੱਲੇ ਰੱਖਣਾ ਹੁੰਦਾ ਠੀਕ ਹੈ ਹਾਂ ਪਹਿਲੇ ਕਲੱਚ ਆਰਾਮ ਨਾਲ ਦਬਾਣਾ ਤੇ ਆਰਾਮ ਨਾਲ ਉੱਤੇ ਲਿਆਣਾ ਠੀਕ ਹੈ ਦਬਾ ਜਾਣ ਦੇ ਪੂਰੇ ਜਿੱਥੇ ਤੱਕ ਜਾਂਦਾ ਜਾਣ ਦੇ ਪਹਿਲੇ ਸੀਟ ਅੱਗੇ ਕਰ ਮੇਰੇ ਹਿਸਾਬ ਨਾਲ ਤੇਰੀ ਹੋਰ ਜਾਏਗੀ ਹਾਂ ਲੰਬੀ ਹਾਂ ਨਾ ਠੀਕ ਬਾ ਦੂਰ ਆ ਦੂਰ ਆ ਨਾ ਚਲ ਸੀਟ ਅੱਗੇ ਹਾਂ ਉਹ ਛੱਡ ਦੇ ਤੇਜ ਹਲੇ ਤੱਕ ਕਿਹੜਾ ਗੇਅਰ ਪਿਆ ਚਲ ਘਰ ਅੱਗੇ ਨੂੰ ਹੋਰ ਬਸ ਹੋ ਗਿਆ ਹਾਂ ਹੋ ਗਿਆ ਇਹ ਸੈਂਟਰ ਵਾਲੀ ਕਲੱਚ ਔਰ ਸੈਂਟਰ ਵਾਲੀ ਬ੍ਰੇਕ ਹਾਂ ਰਾਈਟ ਵਾਲੀ ਰੇਸ ਹਾਂ ਔਰ ਇਹ ਕਲੱਚ ਹਾਂ ਠੀਕ ਹੈ ਕਲੱਚ ਦਬਾਓ ਹਾਂ ਕਲੱਚ ਦਬਾਓ ਕਲੱਚ ਦਬਾਓ ਔਰ ਇਹ ਰੇਸ ਹੈ ਨਾ ਰਾਈਟ ਕਲੱਚ ਦਬਾ ਘਬਰਾਈ ਚ ਨਹੀਂ ਚਲਾਣੀ ਆਰਾਮ ਨਾਲ ਚਲਾਣੀ ਠੀਕ ਹੈ ਕਲੱਚ ਦਬ ਗਿਆ ਚੱਲ ਛੱਡਾ ਹੌਲੀ ਹੌਲੀ ਛੱਡ ਛੱਡਾ ਤਾਂ ਨਹੀਂ ਹੌਲੀ ਹੌਲੀ ਛੱਡ ਗੱਡੀ ਤੁਰ ਪਈ ਬਸ ਹੌਲੀ ਹੌਲੀ ਗੱਡੀ ਚਲਾ ਹੌਲੀ ਹੌਲੀ ਛੱਡਦਾ ਲੋ ਜੀ ਜਸਮੀਤ ਕੌਰ ਜੀ ਕਲੱਚ ਛੱਡ ਪੂਰਾ ਛੱਡਤਾ ਦੇ ਗੱਡੀ ਤੁਰ ਪਈ ਨਾ ਚੱਲ ਹਲਕੀ ਰੇਸ ਦੇ ਹਲਕੀ ਪੈਰ ਨਾਲ ਦੇ
चल भी इनू सीधा रख। रखने के लिए क्या करना है इसको? किधर रखने के लिए? स्टीयरिंग से होता है, जब गाड़ी उधर जा रही है उसको सीधा कर ऐसे, ठीक है। चल क्लच दबा वापस। क्या दबा? क्लच फिर से? हाँ पूरा दबा। अब गियर चेंज करना हमने, ठीक है, दूसरा करना। पहला गियर होता सिर्फ चलाने के लिए। वेरी गुड। हौली 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 हौली। अनाज खुश हो रही है ते चल चल चल। ब्रेक क्लच दबा, क्लच दबा। जब ब्रेक मारनी है ऐसे, गाड़ी गाड़ी रोकनी है तो क्लच दबा के ब्रेक मारनी है, ठीक है। गाड़ी सीधी रख, हैंडल स्टीयरिंग। चल ब्रेक दबा, क्लच दबा के ब्रेक दबा। क्लच दबा ही रखो। ब्रेक दबा। लो जी फाइनली बड़ी औखे तरीके ना इनू चलानी सिखाई है। सेंटर च ना चला, सामने भी लोग आ रहे ने। इंडिकेटर उधर दा। हौली कर हौली कर। हाँ चल हल्की रेस दे। इस पासे रोकनी है तो, ठीक है। हुन क्लच दबाओ, क्लच दबाओ, आराम से ब्रेक दबानी है। हौली 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 ब्रेक दबानी है। हौली हौली एकदम आप ऐदा इन्नी तेज मारेंगे पिछे ला के। तेरे क्लच छड्या? नहीं क्लच छड्डन ते गड्डी बंद हुई है। क्लच छड्या ना? क्लच नहीं छड्डा ते गड्डी बंद हो गई। गड्डी ओदा बंद हुई है, शांति रख। गड्डी सेंटर च चलानी है ते स्टीयरिंग कंट्रोल करना। चलेगी सेंटर च, हौली हौली चलेगी। चल हुन फिर क्लच दबा। ब्रेक दबा पहले, गड्डी स्टार्ट करनी है। रुक जा, ब्रेक ही है ना, रेस ते नहीं होवे। वापस शुरुआत हो रही है भाई। क्लच छड़ दे, ब्रेक क्लच दबा, ब्रेक छड़ दो जी। क्लच दबाता पूरा। हां दबाता पूरा। पहला गियर पे गया, ठीक है। हौली हौली, ठीक है। चल हौली 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 क्लच छड़, रेस दे। रुक जा पहले, गड्डी जान दे, ट्रक जान दे। चलो नहीं नहीं, गड्डी रोकी हुई है ना, तो गेयर पे आया तो क्लच दबा के रखना है। जब तक गेयर पे आया, समझ गई, जब तक गेयर हट जूगा तो क्लच हट हटाना। चल दे हौली हौली रेस, हौली हौली मतलब वो चक, क्लच छड़, क्लच छड़ के नाल हौली हौली रेस दे। हल्की 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 सीधा रख। चल 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 चल। वो गली आ गई ना, वो गली चलाना आप। स्टीयरिंग वापस सीधा भी करना होंगे थोड़ा। जसमीत कौरे सीधा करो, फटाफट फटाफट फटाफट। रुक जाओ, अभी नहीं अभी नहीं। हाँ सेंटर देख के चलो, शुक्र है गली च मोड़ी थे सही। क्लच दबाओ, रेस ऐदा, रेस झटके ना नहीं देनी, प्यार ना रेस देनी होंगी हमेशा। आ झटका किदा? ऐ बैक रेस क्यों ला रहे हो? पैर ना चको ना फिर रेस तो, उन्ना को स्टेबल करके रखो उन्हू। हाँ चलो नहीं खुला। चल चल रही तो दे, रेस तो दे थोड़ी जी। चक क्लच तो बाद सेकंड गियर पाइए। क्लच चक, पैर चक ला क्लच तो। चक नहीं है हम तक? नहीं। चक? जसमीत कौर दी आधी क्लास आप इतने ही समाप्त करें। घर के कोल एक गेड़ा हो गया, कल उन्हें दूजा गेड़ा। नहीं, नहीं, एक थोड़ी समय कल दो चलावांगे गेड़े, ठीक है। चल हुन ए गड्डियां नीचे नहीं वजनी चाहिए, पहले ही दस रहा। यार मैं जी फाइनली वापस आ गए, ए गली दे बाहरों चला के गई सी ते घुमा के इत्थे तक लै आई है, जिस दो बारी गड्डी बंद कीती। इत्थे फिर गड्डी चलाने तो बाद इन्हों की चिकन वाली इच्छा भी पूरी हो गई, होगी, लेकिन वो स्वाद नहीं आया है ना। की कह रही है? वो स्वाद नहीं आया जो चाहिए सी। क्लियर बोला, इन्हूं टेढ़े मेढ़े की बना रही है। मैं तो खाते भी दो पीस ही गिनती दे। मैंने तू किन्ने खाते? देखी कहते टट्टियां निकल दिया पुत तेरी। चलो तुसी आओ ते राशन नूं पा जिहड़ा लैके आए सी, नौ कढ़ी हुण लैके उपर चलिए। देख बोतलां लैके आ, सोहणी आ, तुहानूं दिखा ला जाके। साढ़े इतने 10 रुपए थाली वाला जो स्कीम खुला उन्होंने, देखो टूटी लगाई, टूटी जिन्हें जी टूटी नहीं उस तो महंगा तो मैंने लगता है कवर बनाता जे है ना। मैं डैडी ने भी गल कर रहा जी, कवर की हुई है। हाँ नीचे भी कवर है, पानी इतना जाएगा ठंडा हले। नहीं टूटी टूटी लिया, थलो पाइप लगा लिया करो। अंदर कमरे तक लैके जाइए दादी को, ठीक है। चल 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 दिखा दे, चल दादी नूं दिखा, चल चल ओ भी ले आई समान देखो। सच्ची कोई चीज़ नहीं,